ਲੁਧਿਆਣਾ ਦਾ ਗੁਰਨਾਨਕ ਮੋਦੀ ਖਾਨਾ ਅੱਜਕੱਲ ਪੂਰੀ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਹੈ ਬਲਜਿੰਦਰ ਸਿੰਘ ਜਿੰਦੂ ਵੱਲੋਂ ਦਵਾਈਆਂ ਦੀ ਲੁੱਟ ਦਾ ਮੁੱਦਾ ਚੁੱਕਿਆ ਗਿਆ ਜਿਸ ਤੇ ਹਰ ਤਰ੍ਹਾਂ ਦੇ ਪ੍ਰतिकਰਮ ਆਏ ਜ਼ਿਆਦਾਤਰ ਲੋਕ ਜਿੰਦੂ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਨੇ ਪਰ ਕਈ ਲੋਕ ਜਿੰਦੂ ਨੂੰ ਇਸਤੇ ਸਵਾਲ ਵੀ ਕਰ ਰਹੇ ਨੇ ਸੋਸ਼ਲ ਮੀਡੀਆ ਜਿੱਥੇ ਜਿੰਦੂ ਦੇ سپورਟ ਵਿੱਚ ਹੈ ਉੱਥੇ ਹੀ ਜਿੰਦੂ ਦੀਆਂ ਕੁਝ ਪੁਰਾਣੀਆਂ ਤਸਵੀਰਾਂ ਵਾਇਰਲ ਕਰਕੇ ਉਸ ਨੂੰ ਬਦਨਾਮ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਰਸਲ ਜਿੰਦੂ ਦੀਆਂ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਬਾਦਲ ਨਾਲ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਇੱਕ ਤਸਵੀਰ ਵਿੱਚ ਜਿੰਦੂ ਕਾਂਗਰਸ ਲਈ ਪ੍ਰਚਾਰ ਕਰਦੇ ਵੀ ਨਜ਼ਰ ਆ ਰਹੇ ਨੇ ਇੱਕ ਤਸਵੀਰ ਵਿੱਚ ਜਿੰਦੂ ਨਵਜੋਤ ਸਿੱਧੂ ਨਾਲ ਵੀ ਖੜੇ ਨੇ ਹਾਲਾਂਕਿ ਜਿੰਦੂ ਨੇ ਇਸ ਬਾਰੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਪਰ ਸੋਸ਼ਲ ਮੀਡੀਆ ਤੇ ਦੋ ਧਾਰੀ ਤਲਵਾਰ ਹੈ ਇੱਥੇ ਲੋਕ ਬਖਸ਼ਦੇ ਨਹੀਂ ਕਹਿੰਦੇ ਨੇ ਦਾਤੀ ਨੂੰ ਇੱਕ ਦੰਦਾ ਅਤੇ ਦੁਨੀਆ ਨੂੰ ਦੋ ਦੰਦੇ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਯਾਰ ਸੋਚਦੇ ਹੋਵੋਗੇ ਵੀ ਯਾਰ ਇਹ ਰੋਜ਼ ਹਰੇਕ ਮੁੱਦੇ ਤੇ ਲਾਈਵ ਆ ਜਾਂਦਾ ਲਾਈਵ ਆਉਣ ਦਾ ਵੀਰੇ ਮੇਰਾ ਕੋਈ ਜੀ ਨਹੀਂ ਕਰਦਾ ਭਰਾਵੋ ਪਰ ਇੱਕ ਦਿਲ ਚ ਨਾ ਅੱਗ ਹੁੰਦੀ ਆ ਬੰਦੇ ਦੇ ਸੱਚੀਆਂ ਗੱਲਾਂ ਕਹਿਣ ਦੀ ਹੁਣ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਬਾੜਾ ਸੱਚਾ ਆ ਠੀਕ ਆ ਬਸ ਵੀ ਇੱਕ ਮੇਰੇ ਯਾਰ ਅੰਦਰ ਜਨੂਨ ਆ ਜਾਏ ਵੀ ਮੈਂ ਇਥੋਂ ਸੱਚੀ ਗੱਲ ਕਹੇ ਬਣਾ ਰਿਹਾ ਨਹੀਂ ਜਾਂਦਾ ਬੇਸ਼ੱਕ ਗੱਲ ਲੈ ਜੇ ਗੱਲ ਅੱਜ ਆਪਾਂ ਕਰਾਂਗੇ ਜਿਹੜਾ ਬਲਵਿੰਦਰ ਜਿੰਦੂ ਦਾ ਰੌਲਾ ਪੈ ਰਿਹਾ ਮੋਦੀ ਖਾਨਾ ਉਹਨੇ ਬਾਈ ਨੇ ਖੋਲਿਆ ਬਹੁਤ ਚੰਗਾ ਕੰਮ ਕੀਤਾ ਬਾਈ ਦੀ ਆਪਾਂ ਸਪੋਰਟ ਕਰਦੇ ਆਂ ਹਾਂ ਬਾਈ ਉਹ ਮੋਦੀ ਖਾਨੇ ਦੀ ਆਪਾਂ ਗੱਲਾਂ ਕਰਨੀਆਂ ਹੁਣ ਮੇਰੀ ਗੱਲ ਸੁਣ ਲਓ ਬਾਈ ਮੈਂ ਤੁਹਾਨੂੰ ਕਿੰਦਿਆਂ ਦਾ ਕਹੀ ਜਾਂਦਾ ਸੀ ਵੀ ਭਰਾਵੋ ਸੁਣੋ ਮੈਂ ਬਹੁਤ ਚਿਰ ਦਾ ਕਹੀ ਜਾਂਦਾ ਸੀ ਵੀ ਜਿਹੜਾ ਮੈਡੀਕਲ ਸਿਸਟਮ ਆ ਐਜੂਕੇਸ਼ਨ ਸਿਸਟਮ ਆ ਇਹ ਉਹ ਸਿਸਟਮ ਨਹੀਂ ਰਿਹਾ ਅੱਗੇ ਇਹਨੂੰ ਦਿੱਤਾ ਹੁੰਦਾ ਸੀ ਲੋਕ ਸੇਵਾ ਦਾ ਨਾਮ ਜਿਹੜਾ ਡਾਕਟਰੀ ਦਾ ਸਿਸਟਮ ਸੀ ਮੈਡੀਕਲ ਦਾ ਸਿਸਟਮ ਸੀ ਲੋਕ ਇਹਨੂੰ ਰੱਬ ਕਹਿੰਦੇ ਹੁੰਦੇ ਸੀ ਵੀ ਭਾਈ ਜੇ ਹਸਪਤਾਲ 'ਚ ਜਾਣਾ ਤਾਂ ਡਾਕਟਰ ਰੱਬਾ ਮੈਡੀਕਲ ਸਿਸਟਮ ਰੱਬਾ ਵੀ ਆਪਾਂ ਨੂੰ ਬਚਾ ਸਕਦਾ ਐਜੂਕੇਸ਼ਨ ਨੂੰ ਆਪਾਂ ਕਹਿੰਦੇ ਹੁੰਦੇ ਸੀ ਵੀ ਤੀਸਰਾ ਨੇਤਰ ਆ ਵੀ ਜੇ ਦੋ ਅੱਖਾਂ ਦਾ ਤੀਜੀ ਅੱਖ ਜੇ ਆਪਾਂ ਪੜ੍ਹਾਈ ਕਰਾਂਗੇ ਆਪਾਂ ਨੂੰ ਤੀਜੀ ਅੱਖ ਬੰਦੇ ਦੇ ਲੱਗ ਜਾਂਦੀ ਆ ਵੀ ਇੰਨੀ ਨੌਲਜ ਆਉਂਦੀ ਆ ਬੰਦੇ ਨੂੰ ਪੜ੍ਹ ਲਿਖ ਕੇ ਰਜਗਾਰ ਤੇ ਵੀ ਲੱਗਦਾਗਾ ਇਹ ਜਿਹੜੀ ਬਿੱਲੀ ਸੀ ਉਹ ਥੈਲਿਆਂ ਤੋਂ ਬਾਹਰ ਆ ਗਈ ਮੈਂ ਤੁਹਾਨੂੰ ਬਹੁਤ ਚਿਰ ਦਾ ਕਹੀ ਜਾਂਦਾ ਸੀ ਵੀ ਭਰਾਵੋ ਮੈਡੀਕਲ ਸਿਸਟਮ ਤੇ ਐਜੂਕੇਸ਼ਨ ਸਿਸਟਮ ਇਹ ਲਟੇਰੇ ਬਣ ਗਏ ਹੁਣ ਬਹੁਤ ਲੋਕ ਕਹਿਣਗੇ ਵੀ ਯਾਰ ਹਰੇਕ ਥਾਂ ਇਹ ਬੋਲੀ ਜਾਂਦਾ ਭਰਾਵੋ ਮੈਂ ਤਾਂ ਸੱਚੀਆਂ ਗੱਲਾਂ ਤੇ ਬੋਲੂਗਾ ਜੀ ਨੇ ਜਿਹੜਾ ਕੁਝ ਕਹਿਣਾ ਕਹਿ ਲੋ ਹੁਣ ਗੱਲ ਇਹ ਹੈ ਵੀ ਜ਼ਿਆਦਾਤਰ ਮੈਡੀਕਲ ਸਿਸਟਮ ਕਿਉਂ ਇੰਨਾ ਮਹਿੰਗਾ ਹੋ ਰਿਹਾ ਜਾਂ ਐਜੂਕੇਸ਼ਨ ਕਿਉਂ ਇੰਨੀ ਮਹਿੰਗੀ ਹੋ ਰਹੀ ਆ ਇਹਦਾ ਮੇਨ ਕਾਰਨ ਸੋਨ ਨੂੰ ਪਤਾ ਵੀ ਇਹ ਬਹੁਤ ਵੱਡਾ ਮਾਫੀਆ ਬਣ ਗਿਆ ਬਹੁਤ ਵੱਡੀ ਇਹਦੇ ਚ ਲੁੱਟ ਹੋ ਰਹੀ ਆ ਜ਼ਿਆਦਾਤਰ ਹੁਣ ਬੇਸਿਕ ਮੇਰੇ ਤੇ ਕੋਈ ਪਰਚਾ ਪਾਉਂਦਾ ਪਾ ਦੇ ਆਪਾਂ ਕਿਸੇ ਤੋਂ ਹੰਡਰਦੇ ਜ਼ਿਆਦਾਤਰ ਇਹ ਮੰਤਰੀਆਂ ਦਾ ਇਹਨਾਂ ਚ ਸਿਸਟਮ ਨਾਰ ਰਲਿਆ ਵਾ ਮੰਤਰੀਆਂ ਸੰਤਰੀਆਂ ਦੇ ਪ੍ਰਾਈਵੇਟ ਸਕੂਲ ਆ ਆਪਦੇ ਇਹਨਾਂ ਦੀ ਆਪ ਦਾ ਹਸਪਤਾਲ ਖੜੇ ਕੀਤੇ ਵਾ ਸਾਰਿਆਂ ਦਾ ਹਿੱਸਾ ਤੁਹਾਨੂੰ ਪਤਾ ਹੀ ਆ ਮੰਤਰੀਆਂ ਸੰਤਰੀਆਂ ਦਾ ਤਾਂ ਕੁਝੇ ਕੁਝ ਹੋ ਰਿਹਾਗਾ ਹੁਣ ਗੱਲ ਆ ਗਈ ਬਾਈ ਬਲਜਿੰਦਰ ਜਿੰਦੂ ਦੀ ਉਹਨੇ ਬਹੁਤ ਘੈਂਟ ਇੱਕ ਲਹਿਰ ਬਣਾਤੀ ਬਹੁਤ ਘੈਂਟ ਉਹਨੇ ਮੂਰੇ ਲੱਗ ਕੇ ਇੱਕ ਇਹ ਕੰਮ ਤੋੜਿਆ ਵੀ ਮੋਦੀ ਖਾਨਾ ਖੁੱਲਿਆ ਜਾਵੇ ਤੇ ਲੋਕਾਂ ਨੂੰ ਦਵਾਈ ਸਸਤੀ ਮਿਲ ਜੇ ਹੁਣ ਵਿੱਚ ਲੋਕ ਕਹਿਣਗੇ ਵੀ ਭਾਈ ਐ ਥੋੜਾ ਕੰਮ ਹੁੰਦੇ ਹੁੰਦੇ ਆ ਐ ਉਹਨੂੰ ਕੀ ਨੌਲੇਜ ਆ ਦਵਾਈਆਂ ਦੀ ਉਹਦਾ ਘੜਾ ਕੋਈ ਲਾਇਸੈਂਸ ਆ ਉਹਦਾ ਘੜਾ ਕੋਈ ਕੋਰਸ ਕੀਤਾ ਗੱਲ ਇਹ ਨਹੀਂ ਹੁਣ ਉਹਨੂੰ ਸਰਟੀਫੀਕੇਟ ਵੀ ਬਹੁਤ ਬੰਡਣਗੇ ਅੱਜ ਮੈਂ ਜਿੰਦੂ ਦੀਆਂ ਫੋਟੋਆਂ ਦੇਖੀਆਂ ਸੁਖਵੀਰ ਬਾਦਲ ਨਾਲ ਵਾਇਰਲ ਕਰੀਆਂ ਪੀਆਂ ਕਾਂਗਰਸ ਚ ਉਹ ਪਾਸੰਦੀਆਂ ਦਾ ਉੱਥੇ ਵਾਇਰਲ ਕਰੀਆਂ ਪੀਆਂ ਗੱਲ ਇਹ ਨਹੀਂ ਵੀ ਉਹ ਬੰਦਾ ਕਿਹੜੀਆਂ ਪਾਰਟੀਆਂ ਨਾਲ ਸੰਬੰਧ ਰੱਖਦਾ ਜਾਂ ਕੀ ਕਰਦਾ ਇਹ ਗੱਲ ਨਹੀਂ ਗੱਲ ਇਹ ਦੀ ਵੀ ਉਹ ਬੰਦਾ ਕੰਮ ਕੀ ਕਰ ਰਿਹਾ ਜੇ ਇਹ ਸਾਹ ਉਹਨਾਂ ਦਾ ਜੇ ਤੁਸੀਂ ਪਾਰਟੀਆਂ ਨਾਲ ਬੰਦੇ ਜੋੜ ਕੇ ਦੇਖਣੇ ਦਾ ਕੋਈ ਸਹੀ ਹੈ ਨਹੀਂ ਪਰ ਜਿੰਦੂ ਦੀ ਗੱਲ ਇਹ ਦੇਖੋ ਵੀ ਜਿੰਦੂ ਕੀ ਕੰਮ ਕਰ ਰਿਹਾ ਹੁਣ ਸਾਰੇ ਜਾਣੇ ਕਮੈਂਟਾਂ ਜਵਾਬ ਲੇਖੋ ਵੀ ਇਹ ਸਾਰੇ ਸ਼ਹਿਰਾਂ ਚ ਸਾਰੇ ਪਿੰਡਾਂ ਚ ਮੋਦੀਖਾਨੇ ਖੁੱਲਣੇ ਚਾਹੀਦੇ ਆ ਜਿਵੇਂ ਜਿੰਦੂ ਦੀ ਸੋਚ ਆ ਵੀ ਓਵੇਂ ਆਪਾਂ ਨੂੰ ਸਾਰਾ ਕੁਝ ਕਰਨਾ ਚਾਹੀਦਾ ਜਿੰਦੂ ਨੇ ਇੱਕ ਰਾਹ ਦਿੱਤਾ ਵੀ ਆਹੇ ਕੰਮ ਕਰ ਤੁਸੀਂ ਸਕਦੇ ਹੋ ਵੀ ਜੇ 500 ਦੀ ਦਵਾਈ ਆ ਉਹ ਸਾਰੀ ਆਉਂਦੀ ਆ 20 ਰੁਪਿਆ ਦੀ 50 ਦੀ ਆਉਂਦੀ ਆ ਹੁਣ ਵਿੱਚ ਲੋਕ ਕਹੀ ਜਾਂਦੇ ਆ ਇਹ ਤਾਂ ਜੀ ਫੰਡ ਇਕੱਠਾ ਕਰਨ ਦਾ ਮਾਰਾ ਵਿੱਚ ਜਿੰਦੂ ਨੂੰ ਕਹੀ ਜਾਂਦੇ ਆ ਵੀ ਇਹਨੇ ਦੁਕਾਨ ਵੀ ਕਿਰਾਏ ਤੇ ਲਈ ਆ ਇਹਨੇ ਡਾਕਟਰ ਵੀ ਰੱਖਿਆ ਵੀ ਇਹਨੂੰ ਕਿਹੜਾ ਨੌਲੇਜ ਆ ਵੀ ਇਹਨੇ ਤਾਂ ਸਾਰਾ ਸਿਸਟਮ ਦਵਾਈਆਂ ਵੀ ਮੁੱਲ ਲਿਆਂਦੀਆਂ ਵੀ ਇਹ ਸਾਰਾ ਘਰੋਂ ਪੈਸਾ ਕਿੱਥੋਂ ਲਾ ਦੂ ਵੀ ਇਹਦਾ ਫੰਡ ਇਕੱਠਾ ਕਰਨ ਦਾ ਮਾਰਾ ਕਰਦਾਗਾ ਗੱਲ ਇਹ ਨਹੀਂ ਫੰਡ ਦਾ ਲੋਕ ਆਪ ਹੀ ਕਿਹੇ ਜਾਂਦੇ ਆ ਲੋਕ ਆਪ ਹੀ ਇੰਨੀ ਸੇਵਾ ਇੰਨੇ ਪੁੰਨਦਾਨ ਵਾਲੇ ਬੈਠੇ ਆ ਲੋਕ ਕਹਿੰਦੇ ਆ ਵੀ ਤੁਸੀਂ ਦੁਕਾਨ ਖੋਲੋ ਮੈਡੀਕਲ ਦੀ ਅਸੀਂ ਪੁੰਨਦਾਨ ਕਰਨ ਨੂੰ ਤਿਆਰ ਆ ਅਸੀਂ ਹੋਰ ਪਾਸੇ ਵੀ ਕਰੀ ਜਾਂਦੇ ਆ ਅਸੀਂ ਮੈਡੀਕਲ ਤੇ ਕਰੀ ਜਾਵਾਂਗੇ ਗੱਲ ਇਹ ਨਹੀਂ ਹੈਗੀ ਵੀ ਜਿੰਦੂ ਕੋਲ ਪੈਸਾ ਕਿੱਥੋਂ ਉਹ ਦੁਕਾਨ ਕਿਵੇਂ ਚਲਾਉ ਗੱਲ ਜਿੰਦੂ ਦੀ ਸੋਚ ਦੀ ਆ ਜਿੰਦੂ ਨੇ ਇਨਾਂ ਦੇ ਜਿਹੜੇ ਲੀਡਰਾਂ ਦੇ ਹੋਰ ਦੇ ਸਾਰੇ ਕਾਹਦੇ ਇਹਨਾਂ ਨੇ ਪਰਦੇ ਚੱਕਤੇ ਇਹਨੇ 10000000 ਵੀ ਮੈਡੀਕਲ ਚ ਇੰਨੀ ਲੁੱਟਾ ਹਸਪਤਾਲਾਂ ਚ ਇੰਨੀ ਲੁੱਟਾ ਆ ਐਜੂਕੇਸ਼ਨ ਚ ਲੁੱਟਾ ਐਜੂਕੇਸ਼ਨ ਦੀ ਲੁੱਟ ਤਾਂ ਚੱਲ ਆਪਾਂ ਨੂੰ ਪਤਾ ਹੀ ਆ ਵੀ ਉਹ ਕੀ ਕਰ ਰਹੇ ਆ ਐਜੂਕੇਸ਼ਨ ਵਾਲੇ ਤਾਂ ਸਕੂਲਾਂ ਵਾਲੇ ਤਾਂ ਆਪਦੀ ਕਰਤੂਤ ਉਹਦੀ ਦਿਖਾਤੀ ਸੀ ਪ੍ਰਾਈਵੇਟ ਵਾਲੇ ਨੇ ਆ ਜਦੋਂ ਲੋਕਡਾਊਨ ਲੱਗਿਆ ਸੀ ਉਹ ਤਾਂ ਬਿਨ ਪੜਾਈ ਫੀਸਾਂ ਮੰਗੀ ਗਏ ਜਿਵੇਂ ਬਾਈ ਗੱਲ ਸਿੱਧੀ ਆ ਜਿਵੇਂ ਹੁਣ ਮੈਂ ਆ ਬਾਜ਼ਾਰ ਚੋਂ ਸੱਟ ਲੈਣੀ ਆ ਜਦੋਂ ਮੇਰੀ ਗੱਲ ਸੁਣੋ ਮੈਂ ਸੱਟ ਹੀ ਨਹੀਂ ਲਈ ਤੇ ਮੈਂ ਪੈਸੇ ਪੈਸੇ ਕਾਹਦੇ ਦੇਵਾ ਜਦੋਂ ਕਹਿੰਦਾ ਜਵਾਕ ਨਹੀਂ ਲੋਕਡਾਊਨ 'ਚ ਸਕੂਲ ਗਿਆ ਤੇ ਉਹ ਪੈਸੇ ਕਹਦੇ ਦੇਣ ਇਹਨਾਂ 'ਚ ਤਾਂ ਕਰਤੂਤ ਪਹਿਲੀ ਪ੍ਰਾਈਵੇਟ ਸਕੂਲਾਂ 'ਚ ਤਾਂ ਲੱਗੀ ਸੀ ਪਤਾ ਵੀ ਇਹ ਸਿੱਖਿਆ ਸੁੱਖਿਆ ਦੇਣ ਵਾਲੇ ਨਹੀਂ ਇਹ ਯਾਰ ਵੱਡਾ ਮਾਫੀਆ ਬਣ ਗਿਆ ਲੁੱਟਣ ਵਾਲਾ ਮੈਡੀਕਲ ਤੇ ਐਜੂਕੇਸ਼ਨ ਇਹ ਬਿਜ਼ਨਸਮੈਨ ਬਣ ਗਏ ਠੀਕ ਆ ਕੋਈ ਜਵਾਕਾਂ ਦੀ ਪੜ੍ਹਾਈ ਕਰਨੀ ਧਿਆਨ ਨਹੀਂ ਆਨਲਾਈਨ ਕੰਮ ਕਰਾ ਕੇ ਫੀਸਾਂ ਮੰਗੀ ਜਾਂਦੇ ਆ ਜਵਾਕ ਇਹਨਾਂ ਨੇ ਆਰਕੈਸਟਾਂ ਵਾਲੇ ਬਣਾ ਲਏ ਉੱਥੇ ਰੋਜ਼ ਫਕਸਨ ਕਰਾਈ ਜਾਂਦੇ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਇਹੀ ਗੱਲ ਭਰਾਵੋ ਆ ਜਦੋਂ ਲੱਖੇ ਸੁਣਾਣੇ ਨੇ ਪਿੱਛੇ ਜਿਹੇ ਹਸਪਤਾਲ ਘੇਰੇ ਸੋਨੂੰ ਸਾਰਿਆਂ ਨੂੰ ਹੀ ਪਤਾਗਾ ਹੋਰ ਵੀ ਬੰਦੇ ਨੇ ਬਹੁਤ ਨੇ ਜਿਵੇਂ ਸੁੱਖ ਜਗਰਾਉ ਨੇ ਉਦੋਂ ਲਾਕਡਾਊਨ ਚ ਉਹਦੇ ਲੇਡੀ ਦੇ ਇੱਕ ਬੱਚਾ ਹੋਣ ਵਾਲਾ ਸੀ ਉਦੋਂ ਉਹਨੇ ਲਾਈਵ ਚ ਲਾਇਆ ਸੀ ਸੁੱਖ ਜਗਰਾਉ ਨੇ ਪੱਤਰਕਾਰ ਨੇ ਹੋਰ ਵੀ ਬੰਦੇ ਬਹੁਤ ਹਸਪਤਾਲਾਂ 'ਚ ਵੀਡੀਓ ਪਾਉਂਦੇ ਆ ਵੀ ਭਰਾਵੋ ਇਹ ਧੱਕੇ ਨਹੀਂ ਆਪਰੇਸ਼ਨ ਕਰੀ ਜਾਂਦੇ ਧੱਕੇ ਨਹੀਂ ਲੁੱਟ ਮਚਾ ਰੱਖੀ ਆ ਆ ਲਾਕਡਾਊਨ 'ਚ ਨਹੀਂ ਕਿਸੇ ਦਾ ਆਪਰੇਸ਼ਨ ਹੋਇਆ ਪਹਿਲਾਂ ਕਹਿੰਦੇ ਤੇਰੇ ਸਟੰਟ ਪਾਉਣ ਵਾਲਾ ਤੇਰੇ ਐਂ ਕਰਨ ਵਾਲਾ ਕਿੰਨੀ ਲੁੱਟ ਮਚਾਉਂਦੇ ਆ ਇਹ ਐਂ ਇਹਨਾਂ ਦਾ ਮੈਡੀਕਲ ਦਾ ਸਿਸਟਮ ਆ ਇੱਕ ਗੱਲ ਸੋਨੂੰ ਮੈਂ ਜਿਹੜੇ ਤਾਂ ਹਸਪਤਾਲਾਂ 'ਚ ਮੈਡੀਕਲ ਆ ਉਹ ਤਾਂ ਉਹਨੂੰ ਦੁੱਗਣੇ ਰੇਟ ਤੇ ਦਵਾਈ ਦਿੰਦੇ ਆ ਉਹੀ ਦਵਾਈ ਤੇ ਜਿਹੜੀ ਸਸਤੀ ਮਿਲਦੀ ਆ ਜਿਹੜੇ ਹੋਰ ਮੈਡੀਕਲ ਆ ਕਿਉਂਕਿ ਡਾਕਟਰਾਂ ਦਾ ਮੰਤਰੀਆਂ ਦਾ ਸਾਰਾ ਯਾਰ ਰਾਲਿਆ ਮਿਲਿਆ ਕੰਮ ਆ ਜਿਹੜਾ ਅੰਦਰ ਮੈਡੀਕਲ ਖਲਾਉਂਦੇ ਆ ਉਹ ਤੋਂ ਡਾਕਟਰ ਪੈਸੇ ਲੈਂਦੇ ਆ ਅੱਧਾ ਅੱਧ ਕਰੀ ਫਿਰਦੇ ਆ ਠੀਕ ਆ ਜਿਹੜਾ ਤਾਂ ਹਸਪਤਾਲ 'ਚ ਮੈਡੀਕਲ ਆ ਉਹਦੀ ਤਾਂ ਜਿਹੜੀ ਦਵਾਈ ਆ ਉਹ ਮਹਿੰਗੀ ਆ ਤੇ ਬਾਹਰਲੇ ਦੀ ਸਸਤੀ ਆ ਹੁਣ ਭਰਾਵੋ ਮੋਦੀ ਖਾਨ ਨੇ ਖੋਲਣ ਦਾ ਜਿਹੜਾ ਤਰੀਕਾ ਉਹ ਤਾਂ ਜਿੰਦੂ ਨੇ ਹੁਣ ਦੱਸ ਹੀ ਦਿੱਤਾ ਪਰ ਜਿੰਨੀ ਕਿ ਮੇਰੀ ਨੌਲੇਜ ਦੇ ਗੱਲ ਆ ਉਹ ਵੀ ਤੁਹਾਨੂੰ ਮੈਂ ਦੱਸ ਦਿੰਨਾ ਵੀ ਇਹ ਥਾਂ ਥਾਂ ਪਿੰਡ ਪਿੰਡ ਸਾਰੇ ਕਿਤੇ ਕਿਵੇਂ ਖੁੱਲ ਸਕਦੇ ਆ ਪਹਿਲੀ ਗੱਲ ਤਾਂ ਜਿੰਨੇ ਦਾਨੀ ਸੱਜਣਾ ਉਹ ਭਰਾਵੋ ਸੋਚ ਲਓ ਵੀ ਜਿਵੇਂ ਉਹ ਥਾਲੀ ਵਾਲ ਕਹਿੰਦਾ ਮੈਂ ਕੈਂਸਰ ਵਾਲਾ ਬਾਈ ਵੀ ਭਰਾਵੋ ਹੁਣ ਜਿਹੜਾ ਲੰਗਰ ਲਾਉਣ ਦਾ ਦਵਾਈਆਂ ਦੇ ਲੰਗਰ ਲਾਉਣ ਦਾ ਟਾਈਮ ਆ ਗਿਆ ਪੰਜਾਬ 'ਚ ਆਪਾਂ ਦੂਜੇ ਬਹੁਤ ਲੰਗਰ ਲਾਉਣੇ ਆ ਲਾਉਣੇ ਚਾਹੀਦੇ ਆ ਠੀਕ ਆ ਆਪਾਂ ਲਾਉਣੇ ਆ ਰੋਟੀ ਦਾ ਲੰਗਰ ਸਾਰਾ ਲਾਉਂਦੇ ਆ ਕਿਉਂਕਿ ਸਿੱਖਾਂ ਦੀ ਪਰੰ ਇਹ ਲਾਉਣੇ ਚਾਹੀਦਾ ਪਰ ਨਾਲ-ਨਾਲ ਕਿਤਾਬਾਂ ਦਾ ਲੰਗਰ ਲਾਓ ਤੇ ਮੈਡੀਕਲ ਦਵਾਈਆਂ ਦਾ ਲੰਗਰ ਲਾਉਣਾ ਚਾਹੀਦਾ ਹੁਣ ਆ ਗਿਆ ਭਰਾਵੋ ਲੰਗਰ ਲਾਉਣ ਦਾ ਟਾਈਮ ਹੁਣ ਤੁਹਾਨੂੰ ਦੱਸਦਾ ਵੀ ਮੋਦੀ ਖਾਨੇ ਕਿਵੇਂ ਖੋਲੇ ਜਾ ਸਕਦੇ ਆ ਜਿੰਦੂ ਨੇ ਇੱਕ ਬਾਈ ਨੇ ਸੇਹ ਦੇਤੀ ਉਹਨੇ ਆਪਾਂ ਨੂੰ ਖੋਲ ਕੇ ਦਿਖਾਤਾ ਵੀ ਆਹ ਦੁਕਾਨ ਕਿਰਾਏ ਤੇ ਲੈ ਕੇ ਕੁੜੀ ਰੱਖ ਲਓ ਮੁੰਡੇ ਰੱਖ ਲਓ ਜਿਹੜੇ ਕੰਮ ਜਾਣਦੇ ਆ ਡਾਕਟਰੀ ਦਾ ਬਾਹਰੋਂ ਫੰਡ ਆਊ ਕੁਸ ਕੋਲੋਂ ਪੈਸੇ ਲਾ ਕੇ ਕਿਰਾਂ ਕੰਮ ਚਲਾ ਲਓ ਫਿਰ ਉਸੇ ਹਿਸਾਬ ਨਾਲ ਵੀਰ ਲੋਕਾਂ ਦਾ ਗਲ ਨਾ ਵੱਡੋ ਜਿਹੜੀ 2000 ਦੀ ਦਵਾਈ ਆ ਮੰਨ ਲਓ ਵੀ ਉਹਨੂੰ ਤੁਸੀਂ 5000 ਦੀ ਨਾ ਵੇਚੋ ਜਿਹੜੀ 2000 ਦੀ ਉਹਨੂੰ 5 ਦੀ ਨਾ ਵੇਚੋ ਉਹਨੂੰ ਬਾਅਦ ਤੋਂ ਬਾਅਦ ਤੁਸੀਂ 2100 ਦੀ ਵੇਚ ਲਓ 100 ਰੁਪਿਆ ਬਚਾ ਲਓ ਹੁਣ ਸਿੱਧੀ ਸਾਹਬ ਦੱਸਦਾ ਵੀ ਕਿਵੇਂ ਖੋਲੇ ਜਾਣਗੇ ਜੇ ਖੋਲਣੇ ਆ ਹਰ ਸ਼ਹਿਰ ਚ ਹਰ ਪਿੰਡ ਚ ਇੱਕ ਉਹ ਬੰਦਾ ਮੈਡੀਕਲ ਵਾਲਾ ਚੱਕ ਲਓ ਜਿਹਦੇ ਗਾਹਕ ਬਹੁਤ ਘੱਟ ਆ ਜਿਹੜੇ ਹਸਪਤਾਲਾਂ 'ਈ ਮੈਡੀਕਲ ਬੈਠੇ ਹੁੰਦੇ ਛੱਡੋ ਪਰੇ ਜਿਹੜੇ ਬਾਹਰ ਵਿਚਾਰੇ ਐਡਾ-ਉਡਾ ਦੇ ਖੋਲੇ ਵੇ ਆ ਸ਼ਹਿਰਾਂ ਚ ਜਾ ਕੇ ਤੇ ਪਿੰਡਾਂ ਚ ਮੈਡੀਕਲ ਵਾਲੇ ਬੈਠਿਆ ਗਾਹਕ ਉਹਨਾਂ ਕੋਲੇ ਹੈ ਨਹੀਂ ਉਹਨਾਂ ਕੋਲ ਜੇ ਇੱਕ ਗਾਹਕ ਜਾਂਦਾ ਉਸ ਨੂੰ ਰਗੜ ਕੇ ਤੋੜ ਉਹਨਾਂ ਨਾਲ ਤੁਸੀਂ ਸੰਪਰਕ ਕਰੋ ਜਿਹੜੇ ਫੇਲ ਮੈਡੀਕਲ ਆ ਉਹਨਾਂ ਨੂੰ ਜਾ ਕੇ ਕਹੋ ਵਿਚਾਰਾਂ ਨੂੰ ਕਹਿ ਵੀ ਮੋਦੀ ਖਾਨਾ ਆਪਾਂ ਖੋਲਣਾ ਚਾਹੁੰਨੇ ਆ ਵੀ ਜੇ ਸੋਨ ਨੂੰ ਅਸੀਂ ਲਾਈਵ ਕਰਕੇ ਤੁਹਾਡਾ ਮੋਦੀ ਖਾਨਾ ਅਸੀਂ ਮਸ਼ਹੂਰ ਕਰ ਦਈਏ ਤੁਹਾਡੇ ਰੋਜ਼ 2000 ਗਾਹ ਕਾਵੇ ਤੁਸੀਂ ਜੇ 1 ਰੁਪਿਆ ਵੀ ਇੱਕ ਗਾਹ ਦੇ ਪਿੱਛੇ ਵਚਾਉਣਾ ਤੁਹਾਨੂੰ 2000 ਰੁਪਿਆ ਬਣ ਜਾਊਗਾ ਜਿਵੇਂ ਮੰਨ ਲਓ 700 ਦੀ ਦਵਾਈ ਆ ਉਹਨੂੰ ਤੁਸੀਂ ਵੇਚਦੇ 40 ਰੁਪਿਆ ਦੀ 40 ਰੁਪਿਆ ਦੀ ਵੇਚਣੀ ਆ 700 700 ਦੀ ਦਵਾਈ ਮੰਨ ਲਓ ਤੁਸੀਂ ਲੁੱਟ ਨਹੀਂ ਮਚਾਉਂਦੇ ਉਹਨੂੰ 41 ਰੁਪਈਆ ਦੀ ਵੇਚਦੇ 1 ਰੁਪਈਆ ਬਚਾ ਲਓ ਜੇ 2000 ਗਾਹਕ ਆ ਗਏ ਮੋਦੀ ਖਾਨੇ ਤੇ 2000 ਰੁਪਈਆ ਬਣ ਗਿਆ ਨਹੀਂ ਤਾਂ ਮੈਡੀਕਲ ਵਾਲਾ ਦਾ ਰਜਗਰ ਚੱਲ ਪੂਣਾ ਮੋਦੀ ਖਾਨਾ ਚੱਲ ਪੂ ਨਾਲੇ ਲੋਕ ਨਹੀਂ ਲੁੱਟੇ ਜਾਣਗੇ ਪੂਰਾ ਫੁੱਲ ਨਜਾਇਜ਼ ਏ ਧੱਕਾ ਕਰ ਰਹੇ ਆ ਇਹ ਤਾਂ ਯਾਰ ਆਰੀ ਨਾਲ ਐ ਗੱਲ ਲਾ ਰਹੇ ਆ ਐਜੂਕੇਸ਼ਨ ਵਾਲੇ ਤੇ ਇਹ ਡਾਕਟਰੀ ਸਿਸਟਮ ਸੋਨੂੰ ਸਾਰਿਆਂ ਨੂੰ ਪਤਾ ਦੱਸਣ ਦੀ ਲੋੜ ਨਹੀਂ ਕਿੱਡੇ-ਕੱਡੇ ਤੱਕ ਰੋਲੇ ਪੈ ਰਹੇ ਆ ਡਾਕਟਰ ਨੇ ਵੀ ਉਹੀ ਕਿਸ ਦਾ ਸਟੰਟ ਪਾਤਾ 6 ਲੱਖ ਦਾ ਆਪਰੇਸ਼ਨ ਕਰਤਾ ਉਹੀ ਚੱਕ-ਚੱਕ ਇਹਦੇ ਤੇ ਲੱਤ ਵੱਢਣੀ ਪੂਜੀ ਇਹ ਤਾਂ ਐ ਕਰਨਾ ਪੂ ਆ ਹੁਣ ਲੌਕਡਾਊਨ ਚ ਕਿਉਂ ਨਹੀਂ ਇਹਨਾਂ ਤੋਂ ਮੇਰੀ ਗੱਲ ਸੁਣੋ ਜੁੰਦਾ ਲੌਕਡਾਊਨ ਸੀ ਪ੍ਰਾਈਵੇਟ ਹਸਪਤਾਲਾਂ ਵਾਲੇ ਆਦੇ ਸ਼ਟਰ ਸਿੱਟ ਕੇ ਭੱਜ ਗਏ ਯਾਰ ਤੇ ਹੁਣ ਨਹੀਂ ਕੋਈ ਨਿਕਲੇ ਬਿਮਾਰ ਵਿਹਾਈ ਦਾ ਆਪਰੇਸ਼ਨ ਕਰ ਦਿਓ ਆਦੀ ਨਾੜ ਉੱਠ ਕੇ ਖੜੀ ਇਹਦਾ ਐ ਹੋ ਗਿਆ ਇਹ ਮੈਂ ਤੁਹਾਨੂੰ ਗੱਲ ਦੱਸਦਾ ਵੀਰੋ ਇਹ ਕੋਸ ਬਿਮਾਰੀਆਂ ਆਪਦੇ ਕੋਲ ਨਹੀਂ ਬਣਾਉਂਦੇ ਆ ਮੰਨ ਲਾ ਮੇਰੇ ਦਰਦ ਹੁੰਦਾ ਮੈਂ ਪਹੁੰਚ ਗਿਆ ਡਾਕਟਰ ਕੋਲੇ ਉਹਨਾਂ ਨੇ ਦੇਖਣਾ ਵੀ ਤੇ ਟੀਕਾ ਲਾਉਣਾ ਆਪਾਂ ਇਹਨੂੰ ਮਾਣਣਾ 30-40 ਹਜ਼ਾਰ ਚ ਉਹਨਾਂ ਨੇ ਉਹਦੀ ਕਹਿ ਦੇਣਾ ਵੀ ਤੇਰੀ ਤਾਂ ਪੈਂਡੈਕਸ ਦੀ ਜਿਹੜੀ ਨਾੜ ਆ ਭਰਾਵਾ ਉਹ ਖੜੀ ਹੋ ਗਈ ਉਹ ਤੇਰੇ ਦਰਦ ਕਰਦੀ ਐ ਦਾ ਆਪਰੇਸ਼ਨ ਕਰੋ ਤੇ 25 3000 50000 ਤੋਂ ਬਣਾਓ ਉ ਜੇ ਕਿਦਾ ਸਿਰ ਚ ਕੋਈ ਨੁਕਸਾ ਜਾ ਕੋਈ ਉ ਮੰਨ ਲਓ ਕੁਦਰਤੀ ਮਾੜਾ ਮੋਟਾ ਨੁਕਸਾ ਹੋ ਡਾਕਟਰ ਕੋਲੇ ਬਾਗਿਆ ਭਾਈ ਤੇਰੇ ਦਾ 4 ਲੱਖ ਦਾ ਸਟੈਂਟ ਬੂ ਐਂ ਤੱਕੇ ਨਾਲ ਹੀ ਬਿਮਾਰੀਆਂ ਲਾਉਂਦੇ ਇਹ ਬਾਹਲਾ ਵੱਡਾ ਮਾਫੀਆ ਐ ਐਜੂਕੇਸ਼ਨ ਤੇ ਦਾ ਮੈਡੀਕਲ ਵਾਲਾ ਬਣ ਚੁੱਕਿਆ ਬਹੁਤ ਵੱਡਾ ਹੁਣ ਉਹਨੂੰ ਜਿੰਦੂ ਤੇ ਹੁਣ ਟੈਗ ਲੱਗਣ ਵੀ ਲੱਗੇ ਜਿੰਦੂ ਨੂੰ ਲੱਗ ਕੇ ਲੋਕ ਕਹਣ ਜਿਹੜੇ ਉਹਨੇ ਦਾ ਲੀਡਰਾਂ ਵਿਰੁੱਧ ਬੋਲਦਾ ਜੀ ਇਹਨੇ ਦਾ ਪਾਰਟੀ ਖੜੀ ਕਰਨੀ ਆ ਇਹਨੇ ਤਾਂ ਐਮਐਲਏ ਬਣਨਾ ਐ ਇਹਨੇ ਤਾਂ ਐਮਪੀ ਬਣਨਾ ਉਹ ਸਾਠੀ ਵੇਟ ਨੂੰ ਹੀ ਨਾ ਵੰਡਣ ਲੱਗ ਜਾ ਕਰੋ ਵਿੱਚ ਇਹਨੂੰ ਡਾਕਟਰ ਵੀ ਬੋਲੀ ਜਾਂਦੇ ਆ ਇਹਦੇ ਵਿਰੁੱਧ ਵਿੱਚ ਡਾਕਟਰ ਬੋਲੀ ਜਾਂਦਾ ਕਿ ਇਹਨੂੰ ਕੀ ਨੌਲੇਜ ਆ ਇਹਨੂੰ ਦਵਾਈਆਂ ਦੀ ਕੀ ਨੌਲੇਜ ਆ ਇਹਨੂੰ ਕੀ ਪਤਾਗਾ ਵੀ ਜੇ ਇਹ ਇੰਨੀਆਂ ਸਸਤੀਆਂ ਦਵਾਈ ਕਹਿੰਦਾਗਾ ਵੀ ਜਦੋਂ ਫਿਰ ਮਨ ਲਓ ਵੀ ਬਾਹਰ 200 ਦਾ ਪੱਤਾ ਮਿਲਦਾ ਵੀ ਭੱਜ ਕੇ ਜਿੰਦੂ ਫੈਕਟਰੀ ਚੋ ਲੈ ਆ ਕੇ ਵਿੱਚ ਇਹ ਵੀ ਇਲਜ਼ਾਮ ਲਾਈ ਜਾਂਦੇ ਆ ਵੀ ਫੈਕਟਰੀ ਤੋਂ ਆਉਂਦੀ ਆਉਂਦੀ ਮੈਡੀਕਲ ਤੱਕ ਜਿਹੜੀ 40 ਰੁਪਏ ਦੀ ਦਵਾਈ ਫੈਕਟਰੀ ਚ ਆਉਂਦੀ ਆ ਮੈਡੀਕਲ ਆਉਂਦੀ ਆਉਂਦੀ ਤੱਕ ਇਹ 2000 ਦੀ ਕਰ ਦਿੰਦੇ ਆ ਏ ਐਂ ਕਹਿੰਦੇ ਆ ਵੀ ਫੈਕਟਰੀ ਤੋਂ ਲੈ ਕੇ ਮੈਡੀਕਲ ਤੱਕ ਸਾਨੂੰ ਇੰਨਾ ਖਰਚਾ ਪੈ ਗਿਆ ਹਾਲਾਂਕਿ ਜੇ 40 ਰੁਪਏ ਦੀ ਦਵਾਈ ਫੈਕਟਰੀ ਚੋਂ ਆਈ ਆ ਵੱਧ ਤੋਂ ਵੱਧ ਉੱਤੇ ਤੁਸੀਂ 100 ਰੁਪਏ ਖਰਚਾ ਪਾ ਦਿਓ ਤੇ ਇਹ ਪਤੰਦਰ ਹਜ਼ਾਰ ਹਜ਼ਾਰ 2 2000 ਪਾਈ ਜਾਂਦੇ ਆ ਯਾਰ ਸਿੱਧੂ ਸਿੱਧਾ ਲੁੱਟੀ ਚੁਰੇ ਜਾਂਦੇ ਆ ਯਾਰ ਜਿੰਦੂ ਬਾਜੀ ਤੇ ਹੁਣ ਤੁਸੀਂ ਇਲਜ਼ਾਮ ਲਾਈਓ ਵੀ ਉਹ ਲੀਡਰਾਂ ਦਾ ਮੰਦਾ ਉਹਦੀਆਂ ਲੀਡਰਾਂ ਨਾਲ ਫੋਟੋਆਂ ਉਹ ਲੁੱਟਣਾ ਚਾਹੁੰਦਾ ਫੰਡ ਇਕੱਠਾ ਹੁਣ ਕੋਸੇ ਮਰਜੀ ਸਰਟੀਫੀਕੇਟ ਵੰਡਿ ਜਾਓ ਪਰ ਉਹਨੇ ਦੱਸਤਾ ਵੀ ਇਹ ਇੰਨਾ ਜ਼ਿਆਦਾ ਲੁੱਟਦੇ ਆ ਬਿੱਲੀ ਥੈਲੇ ਤੋਂ ਬਾਹਰ ਆ ਗਈ ਸਾਰਾ ਕੁਝ ਆਪਾਂ ਨੂੰ ਪਤਾ ਲ ਹੁਣ ਜਾਗਰਕ ਹੋ ਜਾਓ ਥਾਂ ਥਾਂ ਤੁਸੀਂ ਮੋਦੀਖਾਨ ਨੇ ਖੋਲਣ ਵਾਲੀ ਲਹਿਰ ਚਲਾਓ ਕਾਇਮ ਹੋ ਜਾਓ ਥੱਲੇ ਕਮੈਂਟਾਂ 'ਚ ਵੀ ਦੱਸੋ ਖੋਲਣੇ ਚਾਹੀਦੇ ਕਿ ਨਹੀਂ ਖੋਲਣੇ ਚਾਹੀਦੇ ਹੁਣ ਵਿੱਚ ਮੈਨੂੰ ਵੀ ਕਹੀ ਜਾਣਗੇ ਤੂੰ ਹਰੇਕ ਮੁੱਦੇ ਤੇ ਬੋਲਦਾ ਐ ਕਰਦਾ ਮੈਂ ਤਾਂ ਭਰਾਵਾ ਬੋਲੂਗਾ ਸੱਚੀਆਂ ਗੱਲਾਂ ਤੇ ਬੋਲੂਗਾ ਜਿਹਨੇ ਜਿਵੇਂ ਕਮੈਂਟ ਕਰਨਿਆ ਕਰੀ ਜਾਓ ਮੇਰੀ ਤਾਂ ਭਰਾਵਾ ਤੁਸੀਂ ਕਹੋਗੇ ਬਾਹਲਾ ਸੱਚਾ ਤੇ ਸਿਆਣਾ ਬੰਦਾ ਇਹ ਗੱਲ ਕੁਛ ਮਰਜੀ ਕਹੀਓ ਮੈਨੂੰ ਨਹੀਂ ਪਤਾ ਕੋਈ ਮਰਜੀ ਮੇਰੇ ਤੇ ਇਲਜ਼ਾਮ ਲਾਈ ਜਾਓ ਪਰ ਮੇਰੀ ਜ਼ਮੀਰ ਕਹਿੰਦੀ ਐ ਇੱਥੇ ਬੋਲ ਮੈਂ ਤਾਂ ਬੋਲੂਗਾ ਗੱਲ ਲੈ ਜੇ ਮੰਤਰੀਆਂ ਸੰਤਰੀਆਂ ਦੇ ਪ੍ਰਾਈਵੇਟ ਹਸਪਤਾਲਾਂ 'ਚ ਵੀ ਹਿੱਸੇ ਤੇ ਇੱਧਰ ਵੀ ਹਿੱਸੇ ਤੇ ਲੁੱਟ ਹੋ ਰਹੀ ਆ ਤੇ ਅਸਲ ਜਿਹੜੇ ਮੰਤਰੀ ਸੰਤਰੀਆ ਮੇਨ ਮੁੱਦੇ ਆ ਉੱਥੇ ਤਾਂ ਭੱਜ ਰਹੇ ਆ ਹੁਣ ਬਿਜਲੀ ਦਾ ਬਿੱਲ ਆਉਣ ਨੂੰ ਤਿਆਰ ਆ ਮੋਟਰਾਂ ਦਾ ਸਰਕਾਰੀ ਖਰੀਦ ਟੁੱਟ ਰਹੀ ਆ ਹੋਰ ਕਿੰਨਾ ਕੁ ਸੋ ਰਿਆ ਉਧਰ ਦਾ ਕਿਹਦਾ ਧਿਆਨ ਹੀ ਨਹੀਂ ਮੰਤਰੀਆਂ ਆਂਤਰੀ ਦਾ ਹੋਰ ਮੁੱਦਿਆਂ 'ਚ ਹੀ ਬੜੇ ਪਿਆ ਹੋਰ ਮੁੱਦਿਆਂ ਦੀ ਬੋਲੀ ਆਂਦਾ ਹੋਰ ਕਿਤੇ ਲੜੀ ਜਾਂਦੇ ਆ ਸੁਰੱਖਿਆ 'ਚ ਰਹਿਣ ਨੂੰ ਮੰਨ ਲਓ ਵੀ ਯਾਰ ਤੁਸੀਂ ਭਾਈ ਆਉਣ ਵਾਲੇ ਟਾਈਮ 'ਚ ਵੋਟਾਂ ਵਟਾਉਂਦੇ ਸਹੀ ਪਾ ਲਿਆ ਕਰੋ ਨਹੀਂ ਆਪਣਾ ਜਲੂਸ ਕੱਢ ਦੇਣਗੇ ਪਹਿਲੀ ਆਪਾਂ ਨਸ਼ਿਆਂ 'ਚ ਮਾਰੇਗੇ ਕੋਈ ਬਾਹਰਲੇ ਦੇਸ਼ ਭੱਜ ਗਏ ਤੇ ਰੋਜ਼ ਹੀ ਆਪਾਂ ਪਿੱਟਦੇ ਆਂ ਵੀ ਇੱਥੇ ਵੀ ਆਪਾਂ ਨੂੰ ਵੀ ਸਾਰਿਆਂ ਨੂੰ ਜਾਣਾ ਪੂਜੇ ਇਹੀ ਖੜਾ ਚੱਲੀ ਗਿਆ ਕਾਇਮ ਹੋ ਜਾਓ ਤੁਸੀਂ ਥਾਂ ਥਾਂ ਮੋਦੀ ਖਾਨੇ ਖੋਲੋ ਉਹਦੀ ਬਾਈ ਦੀ ਬਲਜਿੰਦਰ ਜਿੰਦੂ ਦੀ ਸਪੋਰਟ ਕਰੋ ਮੋਦੀ ਖਾਨੇ ਕੋਈ ਖੋਲਣੇ ਔਖੀ ਨਹੀਂ ਜਿਹੜਾ ਫੇਲ ਮੈਡੀਕਲ ਆ ਉਹਦੇ ਕੋਲ ਜਾਓ ਉਹਨੂੰ ਬਾਈ ਨੂੰ ਕਹੋ ਵੀ ਉਂ ਵੀ ਤੈਨੂੰ ਭਰਾਵਾ ਗਾਹਕ ਤੇਰੇ ਘਟ ਆਉਂਦਾ ਜਿ ਆਉਂਦਾ ਤੂੰ ਇਕੱਠਾ ਟੀਕਾ ਲਾਉਣਾ ਵੀ ਤੂੰ ਮੋਦੀ ਖਾਨਾ ਖੋਲ ਤੇਰੇ ਨਾਲ ਲੱਗਦੇ ਆ ਤੇਰਾ ਕੋਰਸ ਕੀਤਾ ਤੇਰੇ ਲਾਇਸੈਂਸ ਆ ਤੂੰ ਜੇ ਤੈਨੂੰ ਅਸੀਂ ਲੈਬ ਹੋ ਕੇ ਕਹਿੰਦਾ ਵੀ ਆ ਮੋਦੀ ਖਾਨਾ ਇੱਥੇ ਭਾਈ ਦਵਾਈਆਂ ਜਿਹੜੀ 2000 ਦੀ ਦਵਾਈ ਆ ਉਹ ਅਸੀਂ 300 ਦੀ ਦੇਵਾਂਗੇ ਤੇਰੇ ਕੋਲ ਜੇ 2000 ਗਾਹਕ ਆ ਗਿਆ ਜੇ ਤੂੰ ਇੱਕ ਇੱਕ ਸੀਸੀ ਪੀਸੇ 1 ਰੁਪਿਆ ਵਜਾ ਲਿਆ ਤੈਨੂੰ 2000 ਰੁਪਏ ਬਣ ਗਏ ਨਾ ਤੇਰੀ ਰੋਟੀ ਚੱਲ ਪਈ ਨਾ ਲੋਕਾਂ ਦੇ ਜਿਹੜਾ ਹਾਰਾ ਚੱਲਦਾ ਗੱਲ ਤੇ ਉਹ ਚੱਲਣਾ ਹਟ ਜੂਗਾ ਇਹ ਕੰਮ ਸੌਖੀ ਆ ਮਾੜਾ ਖਿੱਚੋ ਭਰਾਵਾ ਆਦੇ ਜਿਲ੍ਹਿਆਂ ਸ਼ਹਿਰ ਚ ਖੋਲੋ ਤੇ ਮੈਂ ਵੀ ਦੋ ਚਾਰ ਮੁੰਡਿਆਂ ਨੇ ਮੈਂ ਆਦੇ ਏਰੀਆ ਚ ਗੱਲ ਕਰੀ ਆ ਸੀ ਵੀ ਇਹ ਹੰਬੜਾ ਮਾਰ ਰਹੇ ਆ ਸੁਖ ਜਗਰਾਉ ਪੱਤਰਕਾਰ ਬਾਈ ਕਹਿੰਦਾ ਉਹ ਕਹਿੰਦਾ ਮੈਂ ਵੀ ਖੋਲ ਰਿਹਾ ਹਾਂ ਸੁਖਵਿੰਦਰ ਸਿੰਘ ਪੀਪੀ ਤਾਰ ਮਕੋਟ ਉਹ ਵੀ ਕਹਿੰਦਾ ਮੈਂ ਖੋਲ ਰਿਆਂ ਬਹੁਤ ਥਾਂ ਮੰਨ ਲਓ ਪੂਰੀ ਵੱਡੀ ਮਹਿਮ ਚੱਲ ਪਈ ਇਹ ਮਹਿਮ ਰੋਗਣ ਨਹੀਂ ਦੇਣੀ ਜਿਹਦਾ ਜਾਗਰਕ ਹੋ ਕੇ ਕਾਇਮ ਹੋ ਜਾਉਂਗਾ ਤਾਂ ਠੀਕ ਆ ਫਿਰ ਤਾਂ ਕੋਈ ਬਣ ਜੂਗਾ ਨਹੀਂ ਫਿਰ ਜੇ ਕਾਲੀ ਕਾਂਗਰਸ ਘਾਈ ਜਾਣਾ ਲੀਡਰਾਂ ਪਿੱਛੇ ਜਿਵੇਂ ਤੁਹਾਨੂੰ ਲੁੱਟੀ ਜਾਂਦਾ ਉਹ ਲੁੱਟੀ ਜਾਂਦਾ ਉਹ ਸਾਰਿਆਂ ਨੂੰ ਪਤੀ ਆ ਠੀਕ ਆ ਬਸ ਇੰਨੀਆਂ ਗੱਲਾਂ ਬਾਤਾਂ ਕਰਨੀਆਂ ਸੀ ਜਿਹਨੂੰ ਜਿਵੇਂ ਲੱਗਦਾਵੇਂ ਕਮੈਂਟ ਕਰੋ ਮੈਨੂੰ ਕੋਈ ਨਹੀਂ ਮੇਰੇ ਕਮੈਂਟਾਂ ਦੇ ਕੋਈ ਅਸਰ ਨਹੀਂ ਗਾਲ ਕੱਢਦੇ ਹੋ ਸਹੀ ਬੋਲਦੇ ਹੋ ਮੈਨੂੰ ਕੋਈ ਨਹੀਂ ਕਿਉਂਕਿ ਸੋਡਾ ਇੱਕ ਕੰਮ ਆ ਮੇਰਾ ਆਪਦਾ ਕੰਮ ਆ ਸੋਡਾ ਆਪਦਾ ਜਿਹਦੀ ਜਿਹਦੇ ਬਿਊਰੋ ਰਿਪੋਰਟ ਲੁਧਿਆਣਾ ਟਾਈਮਜ਼ ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਜ਼ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ